ਸ਼ਕਾਲ ਜੀ ਮੈਂ ਹੈਲੀਨ ਸਾਇੰਸ ਤੁਸੀਂ ਦੇਖ ਰਹੇ ਹੋ ਪੰਜਾਬ ਸਟਾਰ ਟੀਵੀ ਸਪੈਸ਼ਲ ਆਫ ਦ ਡੇ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਜ ਦੇ ਦਿਨ ਯਾਨੀ ਕਿ 13 ਅਗਸਤ ਨੂੰ ਹਿਸਟਰੀ ਦੇ ਵਿੱਚ ਕੀ ਹੋਇਆ ਸੀ ਖਾਸ। ਅੱਜ ਦਾ ਦਿਨ ਹੈ ਜੀ ਆਰਗਨ ਡੋਨੇਸ਼ਨ ਡੇ। ਇੱਕ ਵਿਅਕਤੀ ਆਪਣਾ ਆਰਗਨ ਕਿਸੇ ਲੋੜਵੰਦ ਵਿਅਕਤੀ ਨੂੰ ਦਾਨ ਕਰਦਾ ਹੈ ਅਤੇ ਉਸਦੀ ਜਾਨ ਬਚਾਉਂਦਾ ਹੈ ਅਤੇ ਉਹ ਵਿਅਕਤੀ ਉਸ ਵਿਅਕਤੀ ਲਈ ਰੱਬ ਬਣ ਜਾਂਦਾ ਹੈ। ਦੱਸ ਦੇ ਕਿ ਅੱਜ ਆਰਗਨ ਡੋਨੇਸ਼ਨ ਡੇ ਯਾਨੀ ਕਿ ਅੰਗ ਦਾਨ ਦਿਵਸ ਹੈ। ਆਰਗਨ ਡੋਨੇਸ਼ਨ ਡੇ ਦਾ ਮਤਲਬ ਹੁੰਦਾ ਯਾਨੀ ਕਿ ਆਰਗਨ ਦਾਨ ਦਾ ਮਤਲਬ ਹੁੰਦਾ ਹੈ ਕਿ ਇੱਕ ਵਿਅਕਤੀ ਤੋਂ ਤੰਦਰੁਸਤ ਜਿਹੜੇ ਟਿਸ਼ੂਜ਼ ਨੇ ਜਾਂ ਅੰਗ ਨੇ ਅਤੇ ਦੂਸਰੇ ਵਿਅਕਤੀ 'ਚ ਟਰਾਂਸਪਲਾਂਟ ਕਰਨੇ ਜੋੜੇ ਕਿ ਲੋੜਵੰਦ ਹੁੰਦੇ ਨੇ ਉਸਨੂੰ ਆਰਗਨ ਟਰਾਂਸਪਲਾਂਟ ਕਿਹਾ ਜਾਂਦਾ ਹੈ ਯਾਨੀ ਕਿ ਆਰਗਨ ਆਪਣੇ ਦਾਨ ਕੀਤੇ ਜਾਂਦੇ ਨੇ ਅਤੇ ਇਸ ਨਾਲ ਇੱਕ ਵਿਅਕਤੀ ਦੀ ਜਾਨ ਵੀ ਬਚ ਸਕਦੀ ਹੈ। ਕੀ ਕੁਛ ਖਾਸ ਹੁੰਦਾ ਹੈ ਆਰਗਨ ਡੋਨੇਸ਼ਨ ਡੇ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਇਸ ਰਿਪੋਰਟ ਦੇ ਵਿੱਚ। ਅੰਗਦਾਨ ਮੌਤ ਦੇ ਬਾਅਦ ਹੁੰਦਾ ਹੈ ਅਤੇ ਕਈ ਵਾਰ ਜੀਵਿਤ ਵੀ, ਪਰ ਅੰਗਦਾਨ ਕਰਨ ਵਾਲੇ ਸਾਡੇ ਦੇਸ਼ ਵਿੱਚ ਜਾਗਰੂਕਤਾ ਅਤੇ ਪਛੜੇਪਨ ਦੀ ਘਾਟ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ। ਜਾਣੋ ਤੁਹਾਡੇ ਅੰਗਦਾਨ ਦੂਜਿਆਂ ਦੀ ਜ਼ਿੰਦਗੀ ਲਈ ਕਿੰਨਾ ਮਹੱਤਵਪੂਰਨ ਹੋ ਸਕਦਾ ਹੈ ਅਤੇ ਇਸ ਨਾਲ ਜੁੜੇ ਮਹੱਤਵਪੂਰਨ ਤੱਥਾਂ ਬਾਰੇ ਜਾਣੋ। ਦੇਸ਼ ਨੂੰ ਹਰ ਸਾਲ 1.5 ਲੱਖ ਗੁਰਦੇ ਚਾਹੀਦੇ ਹਨ ਜਦਕਿ 3000 ਪ੍ਰਦਾਨ ਕੀਤੇ ਜਾ ਸਕਦੇ ਹਨ। ਦੂਜਾ, ਮਰੀਜ਼ਾਂ ਨੂੰ 25000 ਨਵੇਂ ਜਿਗਰ ਦੀ ਜ਼ਰੂਰਤ ਹੈ ਪਰ ਸਿਰਫ 800 ਉਪਲਬਧ ਹੁੰਦੇ ਹਨ। ਤੀਸਰਾ, 60 ਮਿਲੀਅਨ ਅੰਨੇ ਲੋਕਾਂ ਨੂੰ ਅੱਖਾਂ ਦੀ ਜ਼ਰੂਰਤ ਹੈ ਪਰ ਸਿਰਫ 22384 ਲੋਕ ਇਸ ਨੂੰ ਪ੍ਰਾਪਤ ਕਰ ਸਕਦੇ ਹਨ। ਅੰਗਦਾਨ ਦੋ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਜਿਉਣ ਵਾਲਾ ਦਾਨੀ, ਜਿੰਦਾ ਹੋਣ ਦੇ ਦੌਰਾਨ ਇੱਕ ਵਿਅਕਤੀ ਸਰੀਰ ਦੇ ਕੁਝ ਹਿੱਸੇ ਜਿਵੇਂ ਕਿ ਕਿਡਨੀ, ਬੋਨ ਮੈਰੋ, ਜਿਗਰ ਅਤੇ ਫੇਫੜਿਆਂ ਦਾ ਕੁਝ ਹਿੱਸਾ ਰਿਸ਼ਤੇਦਾਰਾਂ ਨੂੰ ਦਾਨ ਕਰ ਸਕਦਾ ਹੈ। ਦਿਮਾਗ ਦਾ ਮਰੇ, ਇਸ ਨੂੰ ਕਾਰਡਦਾਨੀ ਵੀ ਕਿਹਾ ਜਾਂਦਾ ਹੈ। ਜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਅੰਗਦਾਨ ਕਰਨ ਲਈ ਰਜਿਸਟਰ ਕਰ ਸਕਦੇ ਹਨ ਜੇ ਮਾਪਿਆਂ ਨੂੰ ਆਗਿਆ ਦਿੱਤੀ ਜਾਂਦੀ ਹੈ ਅਤੇ ਇਸ ਤੋਂ ਵੱਧ ਉਮਰ ਜਦੋਂ ਦਿਮਾਗ ਨੂੰ ਮੁਰਦਾ ਘੋਸ਼ਿਤ ਕੀਤਾ ਜਾਂਦਾ ਹੈ ਤਾਂ ਗੁਰਦੇ, ਜਿਗਰ, ਫੇਫੜੇ, ਪਾਚਕ, ਬੱਚੇਦਾਨੀ, ਅੱਖਾਂ, ਹੱਡੀਆਂ ਅਤੇ ਚਮੜੀ ਦੂਜੇ ਸਰੀਰ ਵਿੱਚ ਤਬਦੀਲ ਹੋ ਜਾਂਦੀ ਹੈ। ਇੱਕ ਹੋਰ ਦਿਨ ਅੱਜ ਦੇ ਦਿਨ ਮਨਾਇਆ ਜਾਂਦਾ ਯਾਨੀ ਕਿ 13 ਅਗਸਤ ਨੂੰ। ਅੱਜ ਹੈ ਜੀ ਲੈਫਟ ਹੈਂਡਡ ਡੇ। ਇਹ ਦਿਨ ਉਹਨਾਂ ਖਾਸ ਵਿਅਕਤੀਆਂ ਲਈ ਹੁੰਦਾ ਹੈ ਜੋ ਕਿ ਖੱਬੇ ਹੱਥ ਨਾਲ ਲਿਖਦੇ ਨੇ। ਇਸ ਡੇ ਦੀ ਸ਼ੁਰੂਆਤ 1991 ਵਿੱਚ ਕੀਤੀ ਗਈ ਸੀ ਕਿਉਂਕਿ ਕੁਛ ਲੋਕ ਜੋ ਲੈਫਟ ਹੈਂਡ ਨਾਲ ਲਿਖਦੇ ਸਨ ਉਹਨਾਂ ਦਾ ਮਜ਼ਾਕ ਉਡਾਉਂਦੇ ਸਨ। ਇਸ ਦਿਵਸ ਨੂੰ ਮਨਾਉਣ ਦਾ ਇਹੀ ਉਹਨਾਂ ਦਾ ਮਕਸਦ ਸੀਗਾ ਕਿ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ। ਅਤੇ ਦੱਸ ਦਈਏ ਜੋ ਖੱਬੇ ਹੱਥ ਵਾਲੇ ਲੋਕ ਹੁੰਦੇ ਨੇ ਉਹਨਾਂ ਨੇ ਕਾਫੀ ਪ੍ਰਸਿੱਧੀਆਂ ਵੀ ਹਾਸਲ ਕੀਤੀਆਂ ਨੇ। ਤੁਸੀਂ ਵੀ ਨਜ਼ਰ ਮਾਰੋ ਕਿਹੜੇ ਕਿਹੜੇ ਲੋਕ ਨੇ ਜੋ ਖੱਬੇ ਹੱਥ ਨਾਲ ਲਿਖਦੇ ਨੇ ਅਤੇ ਉਹਨਾਂ ਨੇ ਆਪਣੇ ਜ਼ਿੰਦਗੀ ਵਿੱਚ ਕੁਛ ਨਾ ਕੁਛ ਮੁਕਾਮ ਹਾਸਲ ਕੀਤਾ ਹੈ। ਨਜ਼ਰ ਮਾਰੋ ਸਾਡੀ ਇਸ ਰਿਪੋਰਟ ਦਰਜ ਕੁਛ ਦਿਲਚਸਪ ਤੱਥ। ਪਹਿਲਾਂ, ਖੱਬੇ ਹੱਥ ਨਾਲ ਇੱਕ ਡਿਜ਼ਾਈਨ ਬਣਾ ਸਕਦੇ ਹਨ ਪਰ ਇਹ ਹਮੇਸ਼ਾ ਸੱਜੇ ਪਾਸੇ ਹੁੰਦਾ ਹੈ। ਜੋੜੇ ਬੱਚਿਆਂ ਵਿੱਚੋਂ ਇੱਕ ਦੇ ਖੱਬੇ ਹੱਥ ਦੀ ਸੰਭਾਵਨਾ ਹੈ। ਥਰਡ ਇਜ਼, ਖੱਬੇ ਹੱਥ ਪਾਉਣ ਵਾਲਿਆਂ ਨੂੰ ਸਟੈਮਰਿੰਗ ਅਤੇ ਡਿਸਲੈਕਸੀਆ ਬਿਮਾਰੀਆਂ ਦੀਆਂ ਦਰਾਂ ਸਭ ਤੋਂ ਵੱਧ ਹਨ। ਚੌਥਾ, ਪਾਣੀ ਦੇ ਹੇਠਾਂ ਕਿਸੇ ਵੀ ਚੀਜ਼ ਦੀ ਪਛਾਣ ਕਰਨ ਦੀ ਯੋਗਤਾ ਖੱਬੇ ਹੱਥ ਪਾਉਣ ਵਾਲਿਆਂ ਵਿੱਚ ਸਭ ਤੋਂ ਤੇਜ਼ ਹੁੰਦੀ ਹੈ। ਪੰਜਵਾਂ ਹੈ, ਖੱਬੇ ਹੱਥ ਦੇ ਖਿਡਾਰੀ ਟੈਨਿਸ, ਬੇਸਬਾਲ, ਤੈਰਾਕੀ ਅਤੇ ਫੈਂਸਿੰਗ ਵਰਗੀਆਂ ਖੇਡਾਂ ਵਿੱਚ ਸ਼ਾਮਿਲ ਹੁੰਦੇ ਹਨ। ਛੇਵਾਂ, ਖੱਬੇ ਹੱਥ ਵਾਲੇ ਸੱਜੇ ਹੱਥ ਨਾਲੋਂ ਵਧੇਰੇ ਤੇਜ਼ੀ ਨਾਲ ਪ੍ਰੀਪਿਕ ਹੁੰਦੇ ਹਨ। ਸੱਤਵਾਂ, ਅਮਰੀਕਾ ਜਾਣ ਵਾਲੇ ਹਰ 4 ਪੁਲਾੜ ਯਾਤਰੀਆਂ ਵਿੱਚੋਂ ਇੱਕ ਖੱਬਾ ਹੱਥ ਸੀ। ਅੱਠਵਾਂ, ਖੱਬੇ ਹੱਥ ਵਾਲੇ ਬੜੇ ਹੀ ਤਿੱਖੇ ਮਨ ਵਾਲੇ ਹੁੰਦੇ ਹਨ। ਨੌਵਾਂ, ਉਹਨਾਂ ਕੋਲ ਕਲਪਨਾ ਕਰਨ ਦੀ ਬਹੁਤ ਯੋਗਤਾ ਹੁੰਦੀ ਹੈ। ਦਸਵਾਂ, ਸੰਯੁਕਤ ਰਾਜ ਅਮਰੀਕਾ ਦੇ 44th ਰਾਸ਼ਟਰਪਤੀ ਬਰਾਕ ਓਬਾਮਾ ਖੱਬੇ ਹੱਥ ਦੇ ਹਨ। ਹਾਲਾਂਕਿ ਕਈ ਖੋਜਾਂ ਵਿੱਚ ਕਿਹਾ ਜਾ ਚੁੱਕਾ ਹੈ ਕਿ ਖੱਬੇ ਹੱਥ ਬਹਿਸ ਕਰਨ ਵਿੱਚ ਚੰਗੇ ਨਹੀਂ ਹੁੰਦੇ ਹਨ, ਪਰ ਓਬਾਮਾ ਨੇ ਸ਼ਾਇਦ ਉਹਨਾਂ ਖੋਜਾਂ ਨੂੰ ਗਲਤ ਸਾਬਿਤ ਕਰ ਦਿੱਤਾ ਹੈ। ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਵੀ ਖੱਬੇ ਹੈਂਡਸ ਕਲੱਬ ਦਾ ਹਿੱਸਾ ਹਨ। ਅਮਿਤਾਭ ਦੀ ਮੰਨੀਏ ਤਾਂ ਖੱਬੇ ਹੱਥ ਹੋਣਾ ਉਹਨਾਂ ਲਈ ਖੁਸ਼ਕਿਸਮਤ ਹੈ। ਮਾਈਕਰੋਸੋਫਟ ਦਾ ਸੰਸਥਾਪਕ ਬਿਲ ਗੇਟਸ ਅੱਜ ਦੁਨੀਆ ਭਰ ਦੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਹੈ। ਗੇਟਸ ਦੇ ਅਨੁਸਾਰ ਉਹ ਸੱਜੇ ਹੱਥ ਨਾਲ ਚੰਗੀ ਲਿਖਤ ਨਹੀਂ ਬਣਾ ਸਕਦੇ ਸੀ ਕਈ ਵਾਰ ਕਿਉਂਕਿ ਉਹਨਾਂ ਨੇ ਖੱਬੇ ਹੱਥ ਨਾਲ ਕੋਸ਼ਿਸ਼ ਕਰਨਾ ਫਿਰ ਸ਼ੁਰੂ ਕਰ ਦਿੱਤਾ। ਸਪੈਸ਼ਲ ਆਫ ਦੇ ਡੇ ਦੇ ਵਿੱਚ ਅੱਜ ਦਿਨ ਲਈ ਇੰਨਾ ਹੀ। ਦੁਬਾਰਾ ਹਾਜ਼ਰ ਹੋਵਾਂਗੇ ਕਿਸੇ ਨਵੇਂ ਇਤਿਹਾਸ ਦੇ ਨਾਲ। ਤਦ ਤੱਕ ਲਈ ਦੇਖਦੇ ਰਹੋ ਸਾਡਾ ਪ੍ਰੋਗਰਾਮ ਅਤੇ ਹੁਣ ਮੈਨੂੰ ਯਾਨੀ ਕਿ ਹਲੀਨ ਸਾਨੀ ਨੂੰ ਦੋ ਇਜਾਜ਼ਤ। ਸਤਿ ਸ਼੍ਰੀ ਅਕਾਲ।